ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਖੁਸ਼ਬੂ। ਇਸ ਵੇਲੇ ਦੀ ਵੱਡੀ ਖਬਰ ਦਿੱਲੀ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਦਿੱਲੀ ਦੀ 30,000 ਕੋਰਟ ਦੇ ਬਾਹਰ ਫਾਇਰਿੰਗ ਹੋਈ ਹੈ। ਇਹ ਫਾਇਰਿੰਗ ਵਕੀਲਾਂ ਦੇ ਵੱਲੋਂ ਕੀਤੀ ਗਈ ਹੈ। ਵਕੀਲਾਂ ਦੇ ਦੋ ਧੜਿਆਂ ਦੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਜਾਂਦੀ ਹੈ। ਇਹ ਬਹਿਸ ਇੰਨੀ ਕੁ ਜ਼ਿਆਦਾ ਵੱਧ ਜਾਂਦੀ ਹੈ, ਜਿਸ ਤੋਂ ਬਾਅਦ ਇੱਕ ਵਕੀਲ ਦੇ ਵੱਲੋਂ ਜੋ ਹੈ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ। ਦਿੱਲੀ ਦੇ 30,000 ਕੋਰਟ ਦੇ ਵਿੱਚ ਇਹ ਜੋ ਘਟਨਾ ਵਾਪਰੀ ਹੈ, ਘਟਨਾ ਦੇ ਵਿੱਚ ਫਿਲਹਾਲ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਸਾਹਮਣੇ ਨਹੀਂ ਆਈ, ਪਰ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁੜ ਚੁੱਕੀ ਹੈ। ਸੁਰੱਖਿਆ ਨਿਯਮਾਂ ਦੇ ਬਾਵਜੂਦ ਹਾਈ ਕੋਰਟ ਜੋ ਹਥਿਆਰ ਨੇ ਕੋਰਟ ਦੇ ਵਿੱਚ ਕਿਸ ਤਰੀਕੇ ਦੇ ਨਾਲ ਲਿਜਾਏ ਜਾ ਰਹੇ ਨੇ, ਇਸ 'ਤੇ ਵੀ ਸਵਾਲ ਖੜ੍ਹਾ ਹੋ ਰਿਹਾ ਅਤੇ ਪੁਲਿਸ ਦੇ ਵੱਲੋਂ ਇਸ ਨੂੰ ਵੀ ਜਾਂਚਿਆ ਜਾ ਰਿਹਾ ਇਸ ਨੂੰ ਵੀ। ਡਿਪਟੀ ਕਮਿਸ਼ਨਰ ਸਾਗਰ ਸਿੰਘ ਕਲਸੀ ਦਾ ਕਹਿਣਾ ਹੈ ਕਿ 30,000 ਕੋਰਟ ਦੇ ਵਿੱਚ ਦੁਪਹਿਰੇ 1:35 'ਤੇ ਫਾਇਰਿੰਗ ਦੀ ਘਟਨਾ ਹੋਈ ਹੈ। ਜਦ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਪਤਾ ਚੱਲਿਆ ਕਿ ਅਧਿਕਾਰੀਆਂ ਸਣੇ ਵਕੀਲਾਂ ਦੇ ਵੱਖ ਵੱਖ ਗੁੱਟਾਂ ਦੇ ਵਿਚਾਲੇ ਜੋ ਬਹਿਸ ਹੋਈ ਸੀ, ਜਿਸ ਤੋਂ ਬਾਅਦ ਹਵਾ ਦੇ ਵਿੱਚ ਗੋਲੀ ਚਲਾਈ ਗਈ ਹੈ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ, ਜਿਸ ਦੇ ਵਿੱਚ ਇੱਕ ਵਕੀਲ ਬੰਦੂਕ ਦੇ ਵਿੱਚ ਕਾਰਤੂਸ ਭਰਨ ਤੋਂ ਬਾਅਦ ਫਾਇਰਿੰਗ ਕਰਦਾ ਨਜ਼ਰ ਆ ਰਿਹਾ, ਅਤੇ ਇਹ ਵੀਡੀਓ ਵੀ ਕੈਂਪਸ ਦੇ ਵਿੱਚ ਮੌਜੂਦ ਕਿਸੇ ਵਕੀਲ ਦੇ ਵੱਲੋਂ ਹੀ ਰਿਕਾਰਡ ਕੀਤੀ ਗਈ ਹੈ। ਤਾਂ ਇਹ ਵੀਡੀਓ ਵੀ ਹੁਣ ਵਾਇਰਲ ਹੋ ਰਹੀ ਹੈ। ਦਿੱਲੀ ਦੇ ਵਿੱਚ ਕੋਰਟ ਕੰਪਲੈਕਸ ਦੇ ਵਿੱਚ ਫਾਇਰਿੰਗ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਇਸੇ ਸਾਲ 21 ਅਪ੍ਰੈਲ ਨੂੰ ਦਿੱਲੀ ਦੇ ਸਾਕੇਤ ਕੋਰਟ ਦੇ ਵਿੱਚ ਵੀ ਵਕੀਲ ਦੀ ਡਰੈਸ ਦੇ ਵਿੱਚ ਇੱਕ ਸ਼ਖਸ ਆਉਂਦਾ ਤਾਂ ਪੇਸ਼ੀ 'ਤੇ ਆਈ ਮਹਿਲਾ 'ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਤਾਂ ਧੋਖਾਧੜੀ ਦੇ ਕੇਸ ਦੇ ਵਿੱਚ ਉਹ ਗਵਾਹੀ ਦੇਣ ਆਈ ਸੀ, ਜਿਸ 'ਤੇ ਫਾਇਰਿੰਗ ਹੋਈ ਹੈ, ਪਰ ਹੁਣ ਜੋ ਹੈ ਫਾਇਰਿੰਗ ਵਕੀਲਾਂ ਦੇ ਵਿਚਾਲੇ ਹੋਈ ਹੈ। ਵਕੀਲਾਂ ਦੇ ਦੋ ਧੜਿਆਂ ਦੇ ਵਿਚਾਲੇ ਇਹ ਜੋ ਬਹਿਸ ਛਿੜਨ ਤੋਂ ਬਾਅਦ ਹੋਈ ਹੈ। ਫਿਲਹਾਲ ਇਹ ਮਾਮਲਾ ਹਾਲੇ ਤੱਕ ਖੁੱਲ੍ਹ ਕੇ ਸਾਹਮਣੇ ਨਹੀਂ ਆਇਆ ਕਿ ਕਿਸ ਗੱਲ ਨੂੰ ਲੈ ਕੇ ਵਕੀਲਾਂ ਦੇ ਵਿਚਾਲੇ ਬਹਿਸ ਛਿੜਦੀ ਹੈ, ਜਿਸ ਤੋਂ ਬਾਅਦ ਅਜਿਹੇ ਤਰੀਕੇ ਦੇ ਨਾਲ ਗਹਿਮਾ ਗਹਿਮੀ ਹੁੰਦੀ ਹੈ ਕਿ ਫਾਇਰਿੰਗ ਕਰ ਦਿੱਤੀ ਜਾਂਦੀ ਇੱਕ ਵਕੀਲ ਦੇ ਵੱਲੋਂ। ਜੋ ਹੈ ਸਾਫ਼ ਜੋ ਨਜ਼ਰ ਆ ਰਿਹਾ, ਵਕੀਲ ਵੀਡੀਓ ਬਣਾਈ ਗਈ ਕਿਸੇ ਦੇ ਵੱਲੋਂ, ਉਹ ਵੀ ਕਿਸੇ ਵਕੀਲ ਦੇ ਵੱਲੋਂ ਹੀ ਬਣਾਈ ਗਈ ਹੈ। ਤਾਂ ਗਨ ਦੇ ਵਿੱਚ ਸ਼ਰੇਆਮ ਕਾਰਤੂਸ ਭਰਦਾ ਅਤੇ ਉਸ ਤੋਂ ਬਾਅਦ ਹਵਾ ਦੇ ਵਿੱਚ ਗੋਲੀ ਚਲਾਈ ਜਾਂਦੀ ਹੈ। ਸੋ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਜੋ ਦਿੱਲੀ ਦੇ 30,000 ਕੋਰਟ ਤੋਂ ਸਾਹਮਣੇ ਆਈਆਂ ਨੇ।